30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਰੰਗੇ ਹੱਥੀ ਕਾਬੂ ਕੀਤਾ। ਵਿਜੀਲੈਂਸ ਵਿਭਾਗ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਦੋ ਧਿਰਾਂ ਦੇ ਵਿਚਕਾਰ ਝਗੜਾ ਹੋਇਆ ਸੀ ਤੇ ਇੱਕ ਧਿਰ ਨੂੰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਬਦਲੇ ਦੇ ਵਿੱਚ 60,000 ਰੁਪਏ ਮੰਗੇ ਗਏ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਦੋਂ ਪੀੜਤ ਧਿਰ ਦੇ ਵੱਲੋਂ 30,000 ਰੁਪਏ ਦਿੱਤੇ ਗਏ ਤਾਂ ਨਾਲ ਹੀ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਵੀ ਕਰ ਦਿੱਤੀ ਗਈ ਸੀ, ਪਰ ਮੌਕੇ ਦੇ ਉੱਤੇ ਤੁਰੰਤ ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤਾਂ ਕਿਹਾ ਜਾ ਰਿਹਾ ਹੈ ਕਿ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇਸ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ। ਤਾਂ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਕਿਹਾ ਜਾ ਰਿਹਾ ਕਿ ਝਗੜੇ ਦੇ ਕੇਸ ਦੇ ਵਿੱਚ ਇੱਕ ਧਿਰ ਦੀ ਮਦਦ ਕਰਨ ਦੇ ਲਈ ਕਿਹਾ ਜਾ ਰਿਹਾ ਕਿ 60,000 ਰੁਪਏ 'ਚ ਇਹ ਸੌਦਾ ਤੈਅ ਹੋਇਆ ਸੀ, ਪਰ 30,000 ਰੁਪਏ ਜਦੋਂ ਦਿੱਤੇ ਗਏ ਤਾਂ ਨਾਲ ਦੀ ਨਾਲ ਹੀ ਪੀੜਿਤ ਧਿਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਛਾਪਾ ਮਾਰਿਆ ਤਾਂ ਰੰਗੇ ਹੱਥੀਂ 30,000 ਰੁਪਏ ਸਮੇਤ ਇਸ ਨੂੰ ਕਾਬੂ ਕੀਤਾ ਗਿਆ। ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਰਿੰਦਰ ਕੁਮਾਰ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਹਰਪਾਲ ਸਿੰਘ SSP ਵਿਜੀਲੈਂਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਹੜਾ ਸਾਡੇ ਕੋਲ ਜਿਹੜਾ ਕੱਲ੍ਹ 13 ਤਰੀਕ ਨੂੰ ਸਰਬਜੀਤ ਸਿੰਘ ਜਿਹੜਾ ਵਾਸੀ ਮਰਲਾ ਨੇ ਇੱਕ ਬਿਆਨ ਲਿਖਾਇਆ ਸੀ ਕਿ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਮਿੱਠੂ ਸਿੰਘ ਵਗੈਰਾ ਨਾਲ, ਉਹਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪੜਤਾਲੀਆ ਅਫਸਰ ਸੀ ASI ਮਨਜਿੰਦਰ ਸਿੰਘ ਅਤੇ ਜਿਹੜੇ ਉੱਥੇ ਮੁੱਖ ਮੰਤਰੀ ਲੱਗਿਆ ਹੋਇਆ ਸੀ MHC ਸੁਖਵਿੰਦਰ ਸਿੰਘ, ਉਹ ਉਹਨਾਂ ਤੋਂ ਜਿਹੜੇ 60,000 ਰੁਪਏ ਦੀ ਡਿਮਾਂਡ ਕਰ ਰਿਹਾ ਸੀ, ਅਤੇ ਕੱਲ੍ਹ ਅਸੀਂ ਜਿਹੜਾ MSC ਸੁਖਵਿੰਦਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕਾਬੂ। ਪਹਿਲੀ ਇੰਸਟਾਲਮੈਂਟ ਸੀ ਕਿ ਦੂਜੀ ਸੀ ਜਿਹੜੇ ਫੜੇ ਗਏ 30,000? ਨਹੀਂ ਨਹੀਂ, ਸੈਟਲ ਹੋਈ ਸੀ 30,000 ਰੁਪਏ। ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ? ਜਿਹੜਾ ASI ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਤਫਤੀਸ਼ ਜਾਰੀ ਹੈ, ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਊਗੀ ਤਾਂ ਉਸ ਅਨੁਸਾਰ ਕਰ। ਹਾਂਜੀ, ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੁਖਵਿੰਦਰ ਸਿੰਘ। ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਵਿਭਾਗ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਦੋ ਧਿਰਾਂ ਦੇ ਵਿਚਕਾਰ ਝਗੜਾ ਹੋਇਆ ਸੀ ਤੇ ਇੱਕ ਧਿਰ ਨੂੰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਬਦਲੇ ਦੇ ਵਿੱਚ 60,000 ਰੁਪਏ ਮੰਗੇ ਗਏ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਦੋਂ ਪੀੜਤ ਧਿਰ ਦੇ ਵੱਲੋਂ 30,000 ਰੁਪਏ ਦਿੱਤੇ ਗਏ ਤਾਂ ਨਾਲ ਹੀ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਵੀ ਕਰ ਦਿੱਤੀ ਗਈ ਸੀ, ਪਰ ਮੌਕੇ ਦੇ ਉੱਤੇ ਤੁਰੰਤ ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤਾਂ ਕਿਹਾ ਜਾ ਰਿਹਾ ਹੈ ਕਿ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇਸ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ। ਤਾਂ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਕਿਹਾ ਜਾ ਰਿਹਾ ਕਿ ਝਗੜੇ ਦੇ ਕੇਸ ਦੇ ਵਿੱਚ ਇੱਕ ਧਿਰ ਦੀ ਮਦਦ ਕਰਨ ਦੇ ਲਈ ਕਿਹਾ ਜਾ ਰਿਹਾ ਕਿ 60,000 ਰੁਪਏ 'ਚ ਇਹ ਸੌਦਾ ਤੈਅ ਹੋਇਆ ਸੀ, ਪਰ 30,000 ਰੁਪਏ ਜਦੋਂ ਦਿੱਤੇ ਗਏ ਤਾਂ ਨਾਲ ਦੀ ਨਾਲ ਹੀ ਪੀੜਿਤ ਧਿਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਛਾਪਾ ਮਾਰਿਆ ਤਾਂ ਰੰਗੇ ਹੱਥੀਂ 30,000 ਰੁਪਏ ਸਮੇਤ ਇਸ ਨੂੰ ਕਾਬੂ ਕੀਤਾ ਗਿਆ। ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਰਿੰਦਰ ਕੁਮਾਰ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਹਰਪਾਲ ਸਿੰਘ SSP ਵਿਜੀਲੈਂਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਹੜਾ ਸਾਡੇ ਕੋਲ ਜਿਹੜਾ ਕੱਲ੍ਹ 13 ਤਰੀਕ ਨੂੰ ਸਰਬਜੀਤ ਸਿੰਘ ਜਿਹੜਾ ਵਾਸੀ ਮਰਲਾ ਨੇ ਇੱਕ ਬਿਆਨ ਲਿਖਾਇਆ ਸੀ ਕਿ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਮਿੱਠੂ ਸਿੰਘ ਵਗੈਰਾ ਨਾਲ, ਉਹਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪੜਤਾਲੀਆ ਅਫਸਰ ਸੀ ASI ਮਨਜਿੰਦਰ ਸਿੰਘ ਅਤੇ ਜਿਹੜੇ ਉੱਥੇ ਮੁੱਖ ਮੰਤਰੀ ਲੱਗਿਆ ਹੋਇਆ ਸੀ
ਐਮਐਚਸੀ ਸੁਖਵਿੰਦਰ ਸਿੰਘ, ਉਹ ਉਹਨਾਂ ਤੋਂ ਜਿਹੜੇ 60,000 ਰੁਪਏ ਦੀ ਡਿਮਾਂਡ ਕਰ ਰਿਹਾ ਸੀ, ਅਤੇ ਕੱਲ੍ਹ ਅਸੀਂ ਜਿਹੜਾ ਐਮਐਚਸੀ ਸੁਖਵਿੰਦਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਕਾਬੂ। ਪਹਿਲੀ ਇੰਸਟਾਲਮੈਂਟ ਸੀ ਕਿ ਦੂਜੀ ਸੀ ਜਿਹੜੇ ਫੜੇ ਗਏ 30,000? ਨਹੀਂ ਨਹੀਂ, ਸੈਟਲ ਹੋਈ ਸੀ 30,000 ਰੁਪਏ। ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ? ਜਿਹੜਾ ਏਐਸਆਈ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਤਫਤੀਸ਼ ਜਾਰੀ ਹੈ। ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਊਗੀ ਤਾਂ ਉਸ ਅਨੁਸਾਰ ਕਰ ਲਵਾਂਗੇ। ਹਾਂਜੀ, ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਾ ਸੁਖਵਿੰਦਰ ਸਿੰਘ।